ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਹਮਰੀ ਬਿਧ ਹੋਤੀ ਮੇਰੇ ਸਤਿਗੁਰਾ, ਸਾ ਬਿਧ ਤੁਮ ਹਰ ਜਾਣ ਹੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰੱਖ ਹੋ ਸਰਮਾ। ਤੇਰੇ ਗੁਣ ਬਹੁਤੇ ਮੈਂ ਏਕ ਨ ਜਾਣਿਆ, ਮੈਂ ਮੂਰਖ ਕਿਛ ਦੀਜੈ। ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਮਤ ਸੁਮਤ ਤੇਰਾ ਵਸ ਸੁਆਮੀ, ਹਮ ਜੰਤ ਤੂੰ ਪੁਰਖ ਜੰਤੈਨੀ। ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ, ਜਉ ਭਾਵੈ ਤਿਵੈ ਬੁਲੈਨੀ। ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ, ਜਉ ਭਾਵੈ ਤਿਵੈ ਬੁਲੈਨੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਸੁਨ ਪ੍ਰੇਮ ਉਮਾਹੜਾ, ਕਿਉ ਮਿਲੀਐ ਹਰ ਜਾਏ। ਮਨ ਤਨ ਪਿਆਸ ਦਰਸਨ ਘਣੀ, ਕੋਈ ਆਣ ਮਿਲਾਵੈ ਮਾਏ। ਅਸੁਨ ਪ੍ਰੇਮ ਉਮਾਹੜਾ, ਕਿਉ ਮਿਲੀਐ ਹਰ ਜਾਏ। ਮਨ ਤਨ ਪਿਆਸ ਦਰਸਨ ਘਣੀ, ਕੋਈ ਆਣ ਮਿਲਾਵੈ ਮਾਏ। ਸੰਤ ਸਹਾਈ ਪ੍ਰੇਮ ਕੇ, ਹਉ ਤਿਨ ਕੈ ਲਾਗਾ ਪਾਏ। ਵਿਣ ਪ੍ਰਭ ਕਿਉ ਸੁਖ ਪਾਈਐ, ਦੂਜੀ ਨਾਹੀਂ ਜਾਏ। ਜਿਨੀ ਚਾਖਿਆ ਪ੍ਰੇਮ ਰਸ, ਸੇ ਤ੍ਰਿਪਤ ਰਹੇ ਆਗਾਏ। ਆਪ ਤਿਆਗ ਬਿਨਤੀ ਕਰਹਿ, ਲੇਹੋ ਪ੍ਰਭੂ ਲੜ ਲਾਏ। ਜੋ ਹਰ ਕੰਤ ਮਿਲਾਈਆ, ਸੇ ਵਿਛੜ ਕਤਹਿ ਨਾ ਜਾਏ। ਪ੍ਰਭ ਵੈਣ ਦੂਜਾ ਕੋ ਨਹੀਂ, ਨਾਨਕ ਹਰ ਸਰਣਾਏ। ਅਸੂ ਸੁਖੀ ਵਸੰਦੀਆ, ਜਿਨਾ ਮਾਇਆ ਹਰ ਰਾਏ। ਪ੍ਰਭ ਵੈਣ ਦੂਜਾ ਕੋ ਨਹੀਂ, ਨਾਨਕ ਹਰ ਸਰਣਾਏ। ਅਸੂ ਸੁਖੀ ਵਸੰਦੀਆ, ਜਿਨਾ ਮਾਇਆ ਹਰ ਰਾਏ। ਅਸੁਨ ਪ੍ਰੇਮ ਉਮਾਹੜਾ, ਕਿਉ ਮਿਲੀਐ ਹਰ ਜਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਕਿਰਪਾ ਦੇ ਖਜ਼ਾਨੇ, ਕੋਟ ਬ੍ਰਹਿਮੰਡਾਂ ਦੇ ਮਾਲਕ, ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸਬਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਹੋਈ ਹੈ। ਆਪ ਵਡਭਾਗੀ ਗੁਰਸਿੱਖ ਸੰਗਤਾਂ ਨੇ ਦੁਪਹਿਰ ਦੇ ਸਮੇਂ ਦੌਰਾਨ ਸਜ ਰਹੇ ਸੁੰਦਰ ਦੀਵਾਨਾ ਵਿੱਚ ਪਹੁੰਚ ਕੇ ਗੁਰੂ ਕੇ ਦਰਸ਼ਨ ਦੀਦਾਰੇ ਪਰਸਨਾ ਕੀਤੇ ਹਨ। ਔਰ ਅੰਮ੍ਰਿਤਮਈ ਬਾਣੀ ਦੇ ਸ਼ਬਦਾਂ ਦਾ ਮਨੋਹਰ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਗੁਰੂ ਕੇ ਦਰਸ਼ਨ ਦੀਦਾਰੇ ਪਰਸ ਕੇ ਆਪਣੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਕੁਦਰਤ ਦੇ ਬਣੇ ਹੋਏ ਸਮੇਂ ਦੇ ਨਿਯਮ ਅਨੁਸਾਰ ਅੱਜ ਅੱਸੂ ਦੇ ਮਹੀਨੇ ਦੀ ਸੰਕ੍ਰਾਂਤ ਵਾਲਾ ਦਿਹਾੜਾ ਹੈ। ਅੱਸੂ ਦਾ ਮਹੀਨਾ ਸ਼ੁਰੂ ਹੋਇਆ। ਸੰਕ੍ਰਾਂਤ ਸ਼ਬਦ ਤੋਂ ਬਦਲ ਕੇ ਭਾਸ਼ਾ ਬਦਲਦੀ ਰਹਿੰਦੀ ਹੈ ਸਮੇਂ ਅਨੁਸਾਰ, ਸੰਗਰਾਂਦ ਸ਼ਬਦ ਬਣਿਆ ਹੈ। ਮੂਲ ਸ਼ਬਦ ਜਿਹੜਾ ਸੰਕ੍ਰਾਂਤ ਹੈ, ਸੰਕ੍ਰਾਂਤ ਦਾ ਭਾਵ ਹੁੰਦਾ ਸੰਗ ਦਾ ਅਰਥ ਹੁੰਦਾ ਭਲੀ ਪ੍ਰਕਾਰ, ਕ੍ਰਾਂਤ ਦਾ ਅਰਥ ਹੁੰਦਾ ਹੈ ਕ੍ਰਾਂਤੀ ਤਬਦੀਲੀ। ਜਦੋਂ ਸੂਰਜ ਦੇ ਨਿਯਮਾਂ ਵਿੱਚ ਸੂਰਜ ਦਾ ਰਥ ਇੱਕ ਰਥ ਵਿੱਚੋਂ ਨਿਕਲ ਕੇ ਦੂਜੇ ਵਿੱਚ ਪ੍ਰਵੇਸ਼ ਹੁੰਦਾ ਹੈ, ਰਾਤ ਦੇ 12 ਵਜੇ ਮਹੀਨੇ ਬਾਅਦ ਜਦੋਂ ਸੂਰਜ ਦੇ ਨਿਯਮਾਂ ਵਿੱਚ ਤਬਦੀਲੀ ਆਉਂਦੀ ਹੈ, ਫਰਕ ਪੈਂਦਾ ਹੈ, ਉਹ ਸਮਾਂ ਉਹ ਦਿਨ ਸੰਕ੍ਰਾਂਤ ਵਾਲਾ ਮੰਨਿਆ ਗਿਆ ਹੈ। ਹਿੰਦੁਸਤਾਨ ਦੇ ਜਿੰਨੇ ਧਾਰਮਿਕ ਗ੍ਰੰਥ ਹਨ ਉਹਨਾਂ ਵਿੱਚ ਇੱਕ ਇੱਕ ਦਿਨ ਦਾ ਅੱਡੋ ਅੱਡ ਸਭ ਦਾ ਕਥਨ ਹੈ, ਮਹਾਤਮ ਫਲਾਦੇਸ਼ ਦੱਸਿਆ ਗਿਆ ਹੈ। ਔਰ ਉਹਨਾਂ ਨੇ ਇਸ ਦਿਨ ਸੂਰਜ ਨੂੰ ਦੇਵਤਾ ਮੰਨ ਕੇ ਸੂਰਜ ਦੀ ਪੂਜਾ ਦਾ ਹੀ ਰੱਖ ਲਿਆ ਹੈ ਕਿ ਇਸ ਦਿਨ ਸੂਰਜ ਦੇਵਤੇ ਦੀ ਪੂਜਾ ਕਰਨੀ ਚਾਹੀਦੀ ਹੈ, ਫਿਰ ਸਾਰਾ ਮਹੀਨਾ ਸੁੱਖਾਂ ਨਾਲ ਲੰਘ ਜਾਵੇਗਾ। ਸਤਿਗੁਰੂ ਦੇ ਘਰ ਵਿੱਚ ਕੇਵਲ ਸਤਿਗੁਰ, ਸੋ ਨਾਨਕ ਕਹਿ ਘਰ ਕੇਵਲ ਨਾਮ। ਸਤਿਗੁਰਾਂ ਨੇ ਵਿੱਚ ਵਿਚਾਲੇ ਕਿਸੇ ਦੀ ਪੂਜਾ ਨਹੀਂ ਰੱਖੀ, ਸਿੱਧਾ ਨਾਤਾ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦਾ, ਸੱਚੀ ਸਰਕਾਰ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੋੜਿਆ। ਸੂਰਜ ਚੰਦਰਮਾ ਸਿਤਾਰੇ ਪੰਜ ਤੱਤ, ਹਵਾ ਪਾਣੀ ਅੱਗ ਧਰਤੀ ਆਕਾਸ਼, ਸੂਰਜ ਚੰਦਰਮਾ ਸਿਤਾਰੇ ਵੱਡੇ ਵੱਡੇ ਪਹਾੜ ਸਮੁੰਦਰ ਨਦੀਆਂ ਨਾਲੇ, ਇਹ ਕੁਦਰਤ ਦੁਆਰਾ ਸੋ ਪੈਦਾ ਹੋਏ ਹਨ। ਔਰ ਕੁਦਰਤ ਦਾ ਮਾਲਕ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਉਹ ਕਰਤਾ ਪੁਰਖ ਜਿਹੜਾ ਸਤਿਗੁਰਾਂ ਨੇ ਕੁਦਰਤ ਦੀ ਪੂਜਾ ਨਾਲ ਜਾਂ ਇਹ ਜਿਹੜੀ ਪ੍ਰਕਿਰਤੀ ਹੈ ਪੰਜਾਂ ਤੱਤਾਂ ਤੋਂ ਬਣੀ ਹੋਈ ਸਾਰਾ ਪਸਾਰਾ, ਇਹਦੇ ਨਾਲ ਸਾਨੂੰ ਨਹੀਂ ਜੋੜਿਆ। ਪ੍ਰਕਿਰਤੀ ਦਾ ਮਾਲਕ ਇੱਕੋ ਇੱਕ ਜਿਹੜਾ ਡਾਢਾ ਹੈ ਸਰਬ ਕਲਾ ਸਮਰੱਥ ਹੈ, ਉਹ ਵਾਹਿਗੁਰੂ ਪਰਮੇਸ਼ਰ ਅਕਾਲ ਦੀ ਪੂਜਾ ਨਾਲ ਸਿੱਧਾ ਨਾਤਾ ਜੋੜਿਆ। ਜਿਹਦੇ ਹੁਕਮ ਵਿੱਚ ਇਹ ਕੁਦਰਤ ਹੈ, ਇਹ ਸਾਰਾ ਪਸਾਰਾ ਚੱਲ ਰਿਹਾ ਹੈ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ। ਉਹ ਵਾਹਿਗੁਰੂ ਪਰਮੇਸ਼ਰ ਦੀ ਪੂਜਾ ਕਰਨ ਦਾ ਹੁਕਮ ਸੱਚੇ ਪਾਤਸ਼ਾਹ ਨੇ ਕੀਤਾ, ਨਾਮ ਦੀ ਦਾਤ ਦਿੱਤੀ, ਪ੍ਰੇਮਾ ਭਗਤੀ ਬਖਸ਼ਿਸ਼ ਕੀਤੀ ਹੈ।
ਭਗਤੀ ਸਾਹਿਤ ਗਿਆਨ ਸਤਿਗੁਰਾਂ ਨੇ ਸਾਡੀ ਝੋਲੀ ਵਿੱਚ ਪਾਇਆ ਹੈ। ਗੁਰੂ ਕੀ ਬਾਣੀ ਰਾਹੀਂ ਗਿਆਨ ਅਤੇ ਗੁਰੂ ਕੀ ਬਾਣੀ ਦਾ ਉਪਦੇਸ਼ ਹਰ ਵੇਲੇ ਨਾਮ ਸਿਮਰਨ ਭਗਤੀ ਕਰਨ ਦਾ ਉਪਦੇਸ਼ ਇਹ ਬਖਸ਼ ਕੇ ਸਤਿਗੁਰਾਂ ਨੇ ਹਰ ਵੇਲੇ ਓਟ ਆਸਰਾ ਦਿੱਤਾ ਹੈ ਅਤੇ ਸਾਰੇ ਦੁੱਖ ਜਿਹੜੇ ਨੇ ਉਹਨਾਂ ਦਾ ਨਾਸ ਕੀਤਾ ਹੈ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿ ਇਸ ਵੇਲੇ ਲੋਕ ਜਿਹੜੇ ਸੀ ਭੁੱਲੇ ਭਟਕੇ ਹੋਏ ਉਹਨਾਂ ਦੇ ਢਾਹੇ ਨਾ ਚੜ੍ਹ ਜਾਣ, ਪ੍ਰਕਿਰਤੀ ਦੀ ਪੂਜਾ ਵਿੱਚ ਨਾ ਲੱਗ ਜਾਣ। ਸੋ ਸਤਿਗੁਰਾਂ ਨੇ ਇਸ ਕਰਕੇ ਇੱਕ ਨਹੀਂ ਦੋ ਬਾਰਾਂ ਮਾਹਾਂ ਬਖਸ਼ਿਸ਼ ਕੀਤੇ। ਦੋ ਪਹਿਲੇ ਪਾਤਸ਼ਾਹ ਜੀ ਨੇ ਤੁਖਾਰੀ ਰਾਗ ਅੰਦਰ ਪਾਵਨ ਬਾਣੀ 1100 ਅਤੇ 7 ਅੰਗ ਤੋਂ ਪ੍ਰਾਰੰਭ ਹੁੰਦੀ ਹੈ। ਉਹ 12 ਮਹਾਂ ਸਾਧ ਸੰਗਤ ਜੀ ਕਵਿਤਾ ਅਤੇ ਸ਼ੰਤਾਂ ਦੇ ਵਿੱਚ ਹੈ। ਥੋੜ੍ਹੇ ਜਿਹੇ ਅਰਥ ਜਿਹੜੇ ਉਹਦੇ ਮਹਿੰਗੇ ਹਨ, ਔਖੇ ਨੇ, ਆਮ ਪੜ੍ਹਨ ਨਾਲ ਸਮਝ ਨਹੀਂ ਪੈਂਦੀ। ਸੋ ਇਹ 12 ਮਾਹਾਂ ਜਿਹੜਾ ਮਾਝ ਆਪਾਂ ਆਮ ਸੰਕ੍ਰਾਂਤ ਵਾਲੇ ਦਿਨ ਪੜ੍ਹਦੇ ਵਿਚਾਰਦੇ ਹੈ। ਸੋ ਇਹ 12 ਮਾਹਾਂ ਉਸੇ 12 ਮਾਹਾਂ ਦਾ ਟੀਕਾ ਹੈ। ਉਹ 12 ਮਾਹਾਂ ਮੂਲ ਰੂਪ ਵਿੱਚ ਹੈ, ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ। ਇਹ 12 ਮਾਹਾਂ ਪੰਚਮ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਉਸੇ ਦਾ ਟੀਕਾ ਰੂਪ ਹੈ। ਉਹ ਹੀ ਰੂਪਕ ਅਲੰਕਾਰ ਮਹਾਰਾਜ ਸਾਹਿਬ ਨੇ ਇਹਦੇ ਵਿੱਚ ਰੱਖੇ ਹਨ। ਫਰਕ ਇੰਨਾ ਹੈ ਕਿ ਇਹਦੇ ਅਰਥ ਸੌਖੇ ਨੇ, ਪੜ੍ਹਨ ਸਾਰ ਹੀ ਸਮਝ ਵਿੱਚ ਪੈ ਜਾਂਦੇ ਨੇ। ਸਤਿਗੁਰੂ ਰਹਿਮਤ ਕਾਰਨ ਉਹ ਪਾਵਨ ਪੌੜੀ 12 ਮਾਹਾਂ ਦੀ ਭਾਵੇਂ ਸ਼ਾਮ ਨੂੰ ਹੁਕਮ ਹੋਇਆ ਕਿ ਉਹਦੀ ਸ਼ਾਮ ਨੂੰ ਕਥਾ ਕਰਨੀ ਹੈ। ਸੋ ਸਤਿਗੁਰਾਂ ਦੀ ਪਾਵਨ ਪੌੜੀ ਕਿ ਅਸੁਨ ਆਓ ਪੇਰਾ ਸਾ ਤਹਨ ਚੂਰ ਮੋਈ। ਸੋ ਅਸੁਨ ਆਓ ਪੇਰਾ ਸਾ ਤਹਨ ਚੂਰ ਮੋਈ, ਕਿਉਂ ਮੇਲੇ? ਸੋ ਕਿਉਂ ਮਿਲੀਐ ਪ੍ਰਭ ਮੇਲੇ, ਦੂਜੈ ਭਾਏ ਖੋਈ। ਝੂਠ ਵਿਗੁੱਤੀ ਤਾਂ ਪਿਰ ਮੁੱਤੀ, ਕੁੱਕਹਿ ਕਹਾ ਸੇ ਫੁੱਲੇ। ਆਗੈ ਘਾਮ ਪਿੱਛੈ ਰੁੱਤ ਜਾਡਾ, ਦੇਖ ਚਲਤ ਮਨ ਡੋਲੇ। ਦਹਿ ਦਿਸ ਸਾਖ ਹਰੀ ਹਰੀ ਆਵਲ, ਸਹਿਜ ਪੱਕੈ ਸੋ ਮੀਠਾ। ਨਾਨਕ ਅਸੁਨ ਮਿਲਹੋ ਪਿਆਰੇ, ਸਤਿਗੁਰ ਭਏ ਬਸੀਠਾ। ਇਹ ਛੋਟੀਆਂ ਛੋਟੀਆਂ ਉਹਦੀਆਂ ਪੌੜੀਆਂ ਨੇ। ਕਵਿਤਾ ਅਤੇ ਸੰਗੀਤ ਸ਼ੰਤ ਦੀ ਚਾਲ ਨਾਲ ਭਰੀ ਹੋਈ ਪਾਵਨ ਬਾਣੀ ਹੈ। ਜੇ ਬਾਣੀ ਸੁੱਧ ਪੜ੍ਹਨੀ ਅਤੇ ਗਾਉਣੀ ਆ ਜਾਵੇ, ਨਿਹਾਲ ਹੋ ਜਾਂਦਾ ਸਿੱਖ ਨਿਹਾਲ। ਉਸ ਪਾਵਨ ਬਾਣੀ ਦੀ ਇਹ 11ਵੀਂ ਪੌੜੀ ਹੈ। ਉਹਦੇ ਵਿੱਚ ਥੋੜ੍ਹੀਆਂ ਜਿਹੜੀਆਂ ਪਹਿਲੀਆਂ ਪੌੜੀਆਂ ਨੇ ਉਹ ਵੱਧ ਹਨ ਬੇਨਤੀ ਦੀਆਂ, ਅਤੇ 12 ਪੌੜੀਆਂ ਵਿੱਚ ਪੂਰਾ 12 ਮਹੀਨਿਆਂ ਦਾ ਉਪਦੇਸ਼ ਹੈ। ਇਹ ਜੋ 12 ਮਹਾਮਾਝ ਬਾਣੀ ਹੈ ਇਹਦੇ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਜਿਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ ਬੇਨਤੀ ਕੀਤੀ ਗਲ ਵਿੱਚ ਪੱਲਾ ਪਾ ਕੇ, ਚੇਤ ਦੇ ਮਹੀਨੇ ਦੀ ਸੰਕ੍ਰਾਂਤ ਸੀ, ਚੇਤਰ ਦਾ ਮਹੀਨਾ ਪ੍ਰਾਰੰਭ ਹੋਇਆ ਸੀ ਜਿੱਥੋਂ ਆਪਾਂ ਲਾਈਵ ਪ੍ਰੋਗਰਾਮ ਆਪਣੇ ਸਿੱਖ ਜਗਤ ਦੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਤੋਂ ਆਏ ਹੋਏ ਸ੍ਰੀ ਮੁਖਵਾਕ ਦੀ ਕਥਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸੁਣਦੇ ਹੈ। ਉਹ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਜਦੋਂ ਆਪਾਂ ਗੁਰੂ ਕੇ ਲੰਗਰ ਵੱਲੋਂ ਸਿੱਧੇ ਜਾਈਏ ਉਹਦੇ ਵਿੱਚ ਪ੍ਰਵੇਸ਼ ਕਰਦੇ ਹੈ ਤਾਂ ਸਾਧ ਸੰਗਤ ਜੀ ਉਹਦੇ ਸੱਜੇ ਹੱਥ ਸੰਖ ਮਰਮਰ ਦੀ ਪਾਲਕੀ ਬਣੀ ਹੋਈ ਸੋਹਣੀ ਪਾਲਕੀ, ਉਸ ਪਾਲਕੀ ਵਾਲੇ ਸਥਾਨ 'ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਸੋਹਣਾ ਦੀਵਾਨ ਸਜਿਆ ਹੋਇਆ ਸੀ। ਜਿਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ ਗਲ ਵਿੱਚ ਪੱਲਾ ਪਾ ਕੇ
ਇਹ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ, ਕੋਈ ਮਹੀਨੇ ਵਾਲਾ ਦਿਨ ਕੋਈ ਉਪਦੇਸ਼ ਆਪ ਜੀ ਬਖਸ਼ਿਸ਼ ਕਰੋ। ਤਾਂ ਉਸ ਵੇਲੇ ਸਤਿਗੁਰਾਂ ਨੇ ਕਿਹਾ, ਬਾਬਾ ਜੀ ਅਸੀਂ ਪਹਿਲੇ ਸਰੂਪ ਵਿੱਚ ਤੁਖਾਰੀ ਰਾਗ ਦੇ ਅੰਦਰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ, ਉਹਨੂੰ ਤੁਸੀਂ ਪੜ੍ਹ ਵਿਚਾਰ ਲਿਆ ਕਰੋ ਇਸ ਦਿਨ, ਉਹਦੇ ਮੁਤਾਬਕ ਚੱਲੋਗੇ ਉਪਦੇਸ਼ ਕਮਾਓਗੇ, ਮਹੀਨਾ ਸਫਲਾ ਹੋ ਜਾਇਆ ਕਰੇਗਾ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਤੁਹਾਡੀਆਂ ਝੋਲੀਆਂ ਵਿੱਚ ਸੁੱਖ ਪਾ ਦਿਆ ਕਰਨਗੇ। ਉਸ ਵੇਲੇ ਸਾਧ ਸੰਗਤ ਜੀ, ਬਾਬਾ ਜੀ ਨੇ ਬੇਨਤੀ ਕੀਤੀ ਕਿ ਮਹਾਰਾਜ ਸਾਹਿਬ ਜੀ, ਉਹ ਬਾਣੀ ਸਾਡੇ ਵਰਗੇ ਗੁਰਸਿੱਖ ਤੁਹਾਡੀ ਦਇਆ ਜਿਨ੍ਹਾਂ 'ਤੇ ਟਿਕੇ ਹੋਏ ਹਿਰਦੇ ਨੇ ਉਹਨਾਂ ਨੂੰ ਤਾਂ ਸਮਝ ਪੈ ਜਾਂਦੀ ਹੈ, ਪਰ ਆਮ ਸਿੱਖਾਂ ਨੂੰ ਨਹੀਂ ਪੈਂਦੀ। ਇਹ ਸੰਗਤ ਜਿਹੜੀ ਆਮ ਆਉਂਦੀ ਭੋਲੀ ਭਾਲੀ, ਆਪ ਜੀ ਨੂੰ ਬੇਨਤੀ ਉਹਨਾਂ ਦੀ, ਆਪ ਜੀ ਪੰਜਵਾਂ ਸਰੂਪ ਸੁਖੈਨ ਬਾਣੀ ਰਚ ਦਿਓ, ਭਾਵ ਉਹ ਹੀ ਦੇ ਦਿਓ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦਾ ਵੀ ਸਤਿਕਾਰ ਰੱਖ ਲਓ, ਸੁਖੈਨ ਬਾਣੀ ਆਪ ਜੀ ਰਚ ਦਿਓ। ਉਸ ਵੇਲੇ ਸਤਿਗੁਰੂ ਪ੍ਰਸੰਨ ਹੋਏ। ਇਹ ਪਾਵਨ ਬਾਣੀ 14 ਪੌੜੀਆਂ, ਪਹਿਲੀ ਪੌੜੀ ਮੰਗਲਾ ਚਰਣਾ ਹੈ, ਸਾਡੇ ਜੀਵਾਂ ਦੇ ਜਨਮਾਂ ਜਨਮਾਂਤਰਾਂ ਦਾ ਪਿਆ ਹੋਇਆ ਵਿਛੋੜਾ ਕਥਨ ਕੀਤਾ ਹੈ। ਕਿਰਤ ਕਰਮ ਕੇ ਵਿਛੋੜੇ ਕਰ ਕਿਰਪਾ ਮਿਲ ਹੋ ਰਾਮ, ਚਾਰ ਕੁੰਟ ਦਹਿ ਦਿਸ ਭਰਮੇ ਥੱਕ ਆਏ ਪ੍ਰਭ ਕੀ ਸਾਮ। ਸੋ ਵਿਛੋੜੇ ਦਾ ਕਥਨ ਸੱਚੇ ਪਾਤਸ਼ਾਹ ਨੇ ਕੀਤਾ ਹੈ, ਸਾਡੇ ਆਪ ਦੇ ਕਰਮਾਂ ਦਾ ਫਲ ਹੈ ਜਿਹੜਾ ਤੁਹਾਡੇ ਨਾਲ ਵਿਛੋੜਾ ਪਿਆ ਹੋਇਆ। ਤੁਸੀਂ ਸਾਰੇ ਸੁੱਖਾਂ ਦੇ ਦਾਤੇ ਹੋ, ਸੁੱਖ ਆਨੰਦ ਸਰੂਪ ਹੋ, ਤੁਹਾਡੀ ਅੰਸ਼ ਹੁੰਦੇ ਹੋਏ ਵੀ ਅਸੀਂ ਤੁਹਾਡੇ ਨਾਲ ਮਿਲ ਨਹੀਂ ਪਏ। ਆਪਣੇ ਵਿਛੋੜੇ ਦੀ ਬੇਨਤੀ ਕੀਤੀ ਸੱਚੇ ਪਾਤਸ਼ਾਹ ਨੇ ਮੰਗਲਾ ਚਰਨ, ਅਤੇ ਦੂਜੀ ਪੌੜੀ ਤੋਂ ਮਹਾਰਾਜ ਸੱਚੇ ਪਾਤਸ਼ਾਹ ਨੇ, ਜਦੋਂ ਕੁਦਰਤ ਦੁਆਰਾ ਸਾਲ ਚੱਲਦਾ ਸੋ ਚੜ੍ਹਦਾ ਕੁਦਰਤ ਦੁਆਰਾ, ਇਹ ਵੀ ਬੇਨਤੀ ਕਰਦੇ ਵਾਂ, ਸਾਡਾ ਜਿਹੜਾ ਨਵਾਂ ਸਾਲ ਚੜ੍ਹਦਾ ਹੈ ਉਹ ਜਦੋਂ 12 ਮਾਹਾਂ ਦਾ ਉਪਦੇਸ਼ ਪਹਿਲੇ ਮਹੀਨੇ ਤੋਂ ਪ੍ਰਾਰੰਭ ਹੁੰਦਾ ਹੈ ਉਦੋਂ ਚੜ੍ਹਦਾ ਹੈ, ਉਦੋਂ ਸਾਡਾ ਹੀ ਨਹੀਂ ਚੜ੍ਹਦਾ, ਚੜ੍ਹਦਾ ਤਾਂ ਸਾਰੀ ਦੁਨੀਆ ਦਾ ਹੈ, ਪਰ ਆਪੋ ਆਪਣਾ ਡੰਕਾ ਜੀ ਦਾ ਰਾਜ ਹੁੰਦਾ ਉਹ ਵਜਾ ਜਾਂਦਾ ਹੈ ਇਹ ਦੁਨੀਆ 'ਤੇ। ਕੁਦਰਤ ਦੁਆਰਾ ਨਵਾਂ ਸਾਲ ਉਦੋਂ ਹੀ ਚੜ੍ਹਦਾ ਹੈ ਸਾਧ ਸੰਗਤ ਜੀ, ਜਦੋਂ ਕੁਦਰਤ ਜਿਹੜੀ ਜਿਹਦੇ ਕਰਕੇ ਪ੍ਰਤੱਖ ਵਸਿਆ ਹੋਇਆ ਉਹਦੇ 'ਤੇ ਰੂਪ ਆਉਂਦਾ, ਰੂਪ ਜਿਹਨੂੰ ਕਿਹਾ ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਉਹ ਕੁਦਰਤ ਜਦੋਂ ਨਵੇਂ ਸਿਰਿਓਂ ਨਿਹਾਲ ਹੁੰਦੀ ਹੈ, ਡਾਲੀਆਂ ਪੁੰਗਰ ਆਉਂਦੀਆਂ ਨੇ, ਸੋਹਣੀ ਰੁੱਤ ਹੁੰਦੀ, ਸੁਹਾਵਣਾ ਮੌਸਮ, ਠੰਡ ਨਿਕਲ ਚੁੱਕੀ ਹੁੰਦੀ ਹੈ, ਅੱਸੂ ਦੇ ਮਹੀਨੇ ਤੋਂ ਲੜਾਈ ਸ਼ੁਰੂ ਹੁੰਦੀ ਹੈ, ਅਸਲ ਇਹ ਪਾਲੇ ਦੀ ਰੁੱਤ ਹੁੰਦੀ, ਅੱਸੂ ਕੱਤਕ ਪਾਲਾ ਆ ਜਾਂਦਾ, ਸਿਆਣੇ ਸੋ ਬਜ਼ੁਰਗ ਕਹਿੰਦੇ ਹੁੰਦੇ ਸੀ ਫੌਜਾਂ ਚੜ ਪਈਆਂ, ਸੋ ਅੱਸੂ ਫੌਜਾਂ ਚੜੀਆਂ ਉਹ ਲੜਾਈ ਹੋ ਗਾਂ, ਠੰਡ ਇੰਨੀ ਫਿਰ ਵੱਧ ਜਾਂਦੀ ਹੈ, ਪੂਰੀ ਲੜਾਈ ਕੁਦਰਤ ਦੀ ਸਭ ਝਾੜ ਕੇ ਰੱਖ ਦਿੰਦੀ ਹੈ ਪੱਤਾ ਪੱਤਾ। ਸੋ ਉਸ ਵੇਲੇ ਜਦੋਂ ਠੰਡ ਦੀ ਮਾਰੀ ਹੋਈ ਬਨਸਪਤੀ ਉੱਠਦੀ ਹੈ, ਵਾਤਾਵਰਨ ਪ੍ਰਫੁੱਲਤ ਹੁੰਦਾ, ਚੇਤਰ ਦਾ ਮਹੀਨਾ ਚੜ੍ਹਦਾ, ਚੇਤਰ ਦਾ ਸੋਹਣਾ ਮੌਸਮ ਹੁੰਦਾ, ਸੋਹਣੀ ਰੁੱਤ ਹੁੰਦੀ ਹੈ, ਸੋ ਸਾਧ ਸੰਗਤ ਜੀ ਉਦੋਂ ਸਭ ਕੋਈ ਖੁਸ਼ ਹੁੰਦਾ। ਉਸ ਵੇਲੇ ਨਵਾਂ ਸਾਲ ਸੱਚੇ ਪਾਤਸ਼ਾਹ ਜੀ ਨੇ ਪ੍ਰਾਰੰਭ ਕੀਤਾ ਕੁਦਰਤ ਦੇ ਨਾਲ, ਐਨ ਅਨ ਬਿਨ ਮੇਲ, ਕੋਈ ਤਰਕ ਨਹੀਂ ਕਰ ਸਕਦਾ, ਸਿਆਣਾ ਸੂਝਵਾਨ ਬੁੱਧੀਵਾਨ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਚੇਤ ਗੋਬਿੰਦ ਆਰਾਧੀਐ ਹੋਵੈ ਆਨੰਦ ਕਣਾ, ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ, ਇਹ ਬਚਨ ਕਹੇ ਨੇ ਵੀ ਬਹੁਤਾ ਆਨੰਦ ਹੁੰਦਾ ਜੀ ਉਸ ਵੇਲੇ ਆਰਾਧੀਏ ਸ਼ੁਰੂ ਦੇ ਵਿੱਚ, ਜਿਸ ਮਾਲਕ ਨੇ ਪ੍ਰਕਿਰਤੀ ਕੁਦਰਤ ਬਣਾਈ ਹੈ,
ਜੇ ਉਹ ਮਾਲਕ ਨੂੰ ਉਸ ਵੇਲੇ ਰੱਦੀਏ, ਕਿਉਂਕਿ ਰੁੱਤਾਂ ਦਾ 6 ਰੁੱਤਾਂ ਨੇ, 6 ਰੁੱਤਾਂ ਦਾ ਸਾਡੀ ਬਾਡੀ ਸਰੀਰ 'ਤੇ ਵੱਖੋ ਵੱਖਰਾ ਅਸਰ ਪੈਂਦਾ ਹੈ। ਇਹ ਵੀ ਪਾਵਨ ਬਚਨ ਆਏ ਨੇ, ਜੇ ਹੀ ਰੁੱਤ ਕਾਇਆ ਸੁਖ ਤੇਹ ਅਤੇ ਉਹ ਜੇ ਹੀ ਦੇਹੀ, ਉਹੋ ਜਿਹਾ ਅਸਰ ਪੈਂਦਾ ਹੈ। ਉਸ ਵੇਲੇ ਠੰਡ ਨਿਕਲ ਚੁੱਕੀ ਹੁੰਦੀ ਹੈ, ਨਿੱਘੀ ਰੁੱਤ ਹੁੰਦੀ ਹੈ, ਨਾ ਗਰਮੀ ਨਾ ਪਾਲਾ। ਸਵੇਰੇ ਇਸ਼ਨਾਨ ਕਰਕੇ ਜਦੋਂ ਬੈਠੀਏ ਬੜਾ ਆਨੰਦ ਆਉਂਦਾ ਹੈ, ਬਹੁਤ ਰਸ ਬਣਦਾ ਹੈ। ਚੇਤ ਗੋਬਿੰਦ ਆਰਾਧੀਐ ਹੋਵੇ ਆਨੰਦ ਕਣਾ, ਨਹੀਂ ਸਰੀਰ ਉਦੋਂ ਠਰੂੰ ਠਰੂੰ ਕਰਦਾ ਅਤੇ ਨਹੀਂ ਗਰਮੀ ਦੀ ਤਪਸ਼ ਹੁੰਦੀ। ਉਸ ਵੇਲੇ ਸੱਚੇ ਪਾਤਸ਼ਾਹ ਜੀ ਨੇ ਸ਼ੁਰੂ ਕੀਤਾ ਨਵਾਂ ਸਾਲ। ਉਸ ਦਿਨ ਜ਼ਰੂਰ ਗੁਰੂ ਕੇ ਚਰਨਾਂ ਵਿੱਚ ਆ ਕੇ ਅਰਦਾਸ ਬੇਨਤੀ ਜ਼ਿੰਦਗੀ ਦੀ ਕਰਿਆ ਕਰੋ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ 12 ਪੌੜੀਆਂ ਵਿੱਚ 12 ਮਹੀਨਿਆਂ ਦਾ ਉਪਦੇਸ਼, ਅਖੀਰਲੀ ਪੌੜੀ ਵਿੱਚ ਫਿਰ ਵਾਹਿਗੁਰੂ ਦੇ ਨਾਮ ਦਾ ਮਹਾਤਮ ਕਥਨ ਕੀਤਾ ਹੈ। ਬਰਕਤਾਂ ਦਰਸਾਈਆਂ ਹਨ, ਬਰਕਤਾਂ ਕਿ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਹਰ ਗੁਰਪੂਰਾ ਅਰਾਧਿਆ ਦਰਗਹਿ ਸੱਚ ਖਰੇ। ਸੋ ਉਹਨਾਂ ਦੇ ਇੱਥੇ ਵੀ ਇਹ ਲੋਕ ਦੇ ਵੀ ਸਾਰੇ ਕਾਰਜ ਪੂਰੇ ਹੋ ਜਾਂਦੇ ਨੇ ਅਤੇ ਦਰਗਾਹ ਦੇ ਵਿੱਚ ਵੀ ਸੱਚੇ ਖਰੇ ਹੋ ਨਿਬੜਦੇ ਹਨ। ਐਸੀਆਂ ਨਾਮ ਦੀਆਂ ਬਰਕਤਾਂ ਨੇ। ਸੱਚੇ ਪਾਤਸ਼ਾਹ ਜੀ 12 ਮਹੀਨੇ 30 ਦਿਨ ਨਾਮ ਜਪਣ ਦਾ, ਇੱਕ ਅਕਾਲ ਦੀ ਪੂਜਾ ਕਰਨ ਦਾ ਉਪਦੇਸ਼ ਦਿੰਦੇ ਨੇ। ਭਾਵੇਂ ਰੱਬ ਦੇ ਪਿਆਰਿਆਂ ਨੂੰ ਤਾਂ ਸਦਾ ਦੀਵਾਲੀ ਸਾਧਕੀ, ਅੱਠੇ ਪੈਰ ਬਸੰਤ ਬਣੀ ਰਹਿੰਦੀ ਹੈ। ਜਿਨ੍ਹਾਂ ਦੇ ਹਿਰਦੇ ਟਿਕੇ ਹੁੰਦੇ ਹੈ, ਪ੍ਰੇਮ ਅੰਦਰ ਪੈਦਾ ਹੋ ਜਾਂਦਾ ਹੈ, ਉਹਨਾਂ ਨੂੰ ਸਦਾ ਹੀ ਆਨੰਦ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਵੇਂ ਨਾ ਕਿਵੇਂ ਚਾਪ ਬਣਿਆ ਰਵੇ ਮਾਇਆ ਦੇ ਕੁੱਪ ਹਨੇਰੇ ਵਿੱਚ, ਸ਼ਬਦ ਦੀ ਰੋਸ਼ਨੀ ਵਿੱਚ ਜੀਂਦਾ ਰਵੇ, ਸੋਹਣੀ ਜ਼ਿੰਦਗੀ ਬਣ ਜਾਵੇ। ਇੱਕ ਇੱਕ ਪੌੜੀ ਰਾਹੀਂ ਪ੍ਰੇਰਨਾ ਦਿੱਤੀ ਹੈ। ਅੱਸੂ ਦੇ ਮਹੀਨੇ ਵਿੱਚ ਸੱਚੇ ਪਾਤਸ਼ਾਹ ਜੀ 8ਵੀਂ ਪੌੜੀ ਹੈ। ਸੋ ਸਤਿਸੰਗ ਜੀ, ਸੋ 6 ਮਹੀਨੇ ਜਿਹੜੇ ਲੰਘ ਚੁੱਕੇ ਨੇ, ਅੱਧ ਜਿਹੜਾ ਸਾਲ ਦਾ ਪ੍ਰਾਰੰਭ ਹੋ ਰਿਹਾ। ਮਾਨੋ ਜੇ ਇੰਨੀ ਕੁ ਬਖਸ਼ਿਸ਼ ਹੋ ਜਾਵੇ ਜਿਵੇਂ ਜਿਵੇਂ 12 ਮਾਹਾਂ ਦਾ ਇਹ ਵਿੱਚ ਉਪਦੇਸ਼ ਦਿੱਤਾ ਹੈ, ਜ਼ਿੰਦਗੀ ਭਰ ਸੁਣਦਿਆਂ ਸੰਗਰਾਂਦਾਂ ਮਨਾਉਂਦਿਆਂ ਕਿਤੇ ਸਾਡੀ ਅੱਧ ਖੜ ਉਮਰ। ਸੋ ਮਹਾਰਾਜ ਸਾਹਿਬ ਕਿਰਪਾ ਕਰਦੇ ਨਾ, ਅੱਧ ਖੜ ਉਮਰ ਦੇ ਵਿੱਚ ਵੀ ਐਸਾ ਪ੍ਰੇਮ ਦਾ ਉਛਾਲਾ ਵੱਜ ਜਾਵੇ, ਨਿਹਾਲ ਹੋ ਜਾਵਾਂਗੇ ਨਿਹਾਲ। ਸੋ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ। ਜਿਵੇਂ ਸਤਿਗੁਰੂ ਜੀ ਸੁੰਦਰ ਉਪਦੇਸ਼ ਆਪਾਂ ਨੂੰ ਦਿੰਦੇ ਨੇ, ਗੁਰੂ ਕਾ ਪਾਵਨ ਉਪਦੇਸ਼ ਸਰਵਣ ਕਰਕੇ ਲਾਹ ਪ੍ਰਾਪਤ ਕਰਨਾ ਕਰੀਏ ਜੀ। ਅਸੋਨ ਪ੍ਰੇਮ ਉਮਾਹੜਾ ਕਿਉਂ ਮਿਲੀਐ ਹਰ ਜਾਏ। ਅੱਸੂ ਦੇ ਮਹੀਨੇ ਦੁਆਰਾ ਸੱਚੇ ਪਾਤਸ਼ਾਹ ਜੀ ਮਿਹਰ ਕਰ ਰਹੇ ਹਨ ਕਿ ਭਾਈ ਪ੍ਰੇਮ ਦਾ ਉਮਾਹੜਾ ਉਤਸ਼ਾਹ ਆ। ਸੋ ਪ੍ਰੇਮ ਦਾ ਉਤਸ਼ਾਹ ਜਿਹੜਾ ਅੰਦਰ ਸਾਡੇ ਲੱਗ ਰਿਹਾ, ਸੋ ਛਾਲਾ ਵੱਜ ਰਿਹਾ, ਪਹਿਲਾਂ ਪ੍ਰੇਮ ਪੈਦਾ ਹੋਣਾ ਚਾਹੀਦਾ ਹੈ। ਸਾਧ ਸੰਗਤ ਤੋਂ ਬਿਨਾਂ ਕਿਸੇ ਦੇ ਅੰਦਰ ਪ੍ਰੇਮ ਪੈਦਾ ਨਹੀਂ ਹੁੰਦਾ, ਇਸ ਕਰਕੇ ਸਾਧ ਸੰਗਤ ਕਰਨੀ ਜ਼ਰੂਰੀ ਹੈ। ਭਾਵੇਂ ਥੋੜ੍ਹੇ ਵਿੱਚੋਂ ਥੋੜ੍ਹਾ ਸਮਾਂ ਹਰ ਰੋਜ਼ ਕਰੇ ਜ਼ਰੂਰ। ਸੋ ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ। ਭਗਤ ਰਵਿਦਾਸ ਸਾਹਿਬ ਜੀ ਕਥਨ ਕਰਦੇ ਨੇ, ਸਾਧ ਸੰਗਤ ਤੋਂ ਬਿਨਾਂ ਨਹੀਂ ਪ੍ਰੇਮ ਪੈਦਾ ਹੁੰਦਾ। ਪਹਿਲਾ ਹੀਲਾ ਹੀ ਰੱਬ ਨੂੰ ਮਿਲਣ ਵਾਸਤੇ ਆਤਮ ਮਾਰਗ ਦੇ ਪੰਧ ਵਿੱਚ ਪ੍ਰੇਮ ਹੈ, ਪ੍ਰੇਮ ਪ੍ਰੀਤ ਹੈ। ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀਐ ਹਰ ਜਾਏ। ਸਾਡੇ ਮਨ ਵਿੱਚ ਰਹਿੰਦੇ ਸੰਸਾਰ ਵਿੱਚ ਵੈਰਾਗ ਪੈਦਾ ਹੋਇਆ, ਮਾਇਆ ਦੇ ਵਿੱਚੋਂ ਪ੍ਰੇਮ ਦਾ ਉਛਾਲਾ ਵੱਜਿਆ, ਉਤਸ਼ਾਹ ਪੈਦਾ ਹੋ ਰਿਹਾ, ਕਿਉਂ ਮਿਲੀਐ ਹਰ ਜਾਏ।
ਕਿਵੇਂ ਕਰਕੇ ਉਸ ਹਰੀ ਅਕਾਲ ਪੁਰਖ ਜਿਹੜਾ ਪਤੀ ਹੈ ਸੋ ਪ੍ਰੇਮ ਕਰਕੇ ਵਸੀਕਾਰ ਹੋ ਜਾਂਦਾ ਹੈ, ਉਹ ਵਾਹਿਗੁਰੂ ਨੂੰ ਕਿਵੇਂ ਜਾ ਕੇ ਮਿਲਣਾ ਕਰੀਏ, ਕਿਵੇਂ ਉਹਦੇ ਤੱਕ ਪਹੁੰਚ ਹੋ ਜਾਵੇ ਵਾਹਿਗੁਰੂ ਪਰਮੇਸ਼ਰ ਜੀ ਦੇ ਨਾਲ ਵਿਛੋੜਾ ਹੋਇਆ ਪਿਆ, ਜਨਮਾਂ ਜਨਮਾਂ ਦੇ ਵਿਛੜੇ ਪਏ ਹਾਂ, ਉੱਤਮ ਵਕਤੇ ਹੋ ਕਰਕੇ ਮਹਾਰਾਜ ਸਾਹਿਬ ਜੀ ਸੋ ਮੱਧਮ ਸਖੀ ਰਾਹੀਂ ਬੇਨਤੀ ਕਰਕੇ ਆਪ ਹੀ ਸੱਚੇ ਪਾਤਸ਼ਾਹ ਜੀ ਸੋ ਮਿਲਣ ਦਾ ਉਪਦੇਸ਼ ਦੇ ਰਹੇ ਹਨ। ਮਨ ਧਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੈ ਮਾਏ, ਪਹਿਲਾਂ ਤੜਫ ਹੈ ਬਿਰਹੋਂ ਦਾ, ਬਿਰਹੋਂ ਜਿਹੜਾ ਵਿਛੋੜਾ ਪਿਆ ਹੋਇਆ ਸੱਚੇ ਪਾਤਸ਼ਾਹ ਜੀ ਮਿਹਰ ਕਰਨ ਸਾਡੇ ਮਨ ਵਿੱਚ ਸਾਡੀ ਬਿਰਤੀ ਵਿੱਚ ਸੋ ਤਨ ਵਿੱਚ ਪਿਆਸ ਦਰਸ਼ਨ ਘਣੀ ਉਹ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨਾਂ ਦੀ ਸੁਵੰਤੀ ਬੂੰਦ ਦੀ ਜਿਹੜੀ ਬਹੁਤੀ ਪਿਆਸਾ ਲੱਗ ਰਹੀ ਹੈ, ਜਿਵੇਂ ਪਪੀਹੇ ਦਾ ਚਿੱਤ ਸੁਵੰਤੀ ਬੂੰਦ ਨੂੰ ਬੱਦਲਾਂ ਵਿੱਚੋਂ ਵਰਨ ਵਾਲੀ ਨੂੰ ਤਰਸਦਾ ਹੁੰਦਾ ਅਤੇ ਉਹਨੂੰ ਸ਼ਾਂਤੀ ਆ ਜਾਂਦੀ ਹੈ, ਇਸੇ ਤਰ੍ਹਾਂ ਘਣੀ ਪਿਆਸਾ ਸਾਨੂੰ ਵਾਹਿਗੁਰੂ ਦੀ ਦਰਸ਼ਨਾਂ ਦੀਦਾਰਿਆਂ ਦੀ ਸੁਵੰਤੀ ਬੂੰਦ ਦੀ ਸਾਡੇ ਚਿੱਤ ਰੂਪੀ ਪਪੀਹੇ ਨੂੰ ਲੱਗ ਰਹੀ ਹੈ। ਸੋ ਦਰਸ਼ਨ ਪਿਆਸੀ ਦਿਨ ਸਰਾਤ ਚਿਤਵਾਉ ਅਨ ਦਿਨ ਨੀਤ, ਦਿਨੇ ਰਾਤ ਸਾਡੀ ਬਿਰਤੀ ਜਿਹੜੀ ਪਿਆਸੀ ਹੋ ਰਹੀ ਹੈ, ਇੰਨੀ ਭੁੱਖ ਪਿਆਸਾ ਲੱਗਣੀ ਚਾਹੀਦੀ ਹੈ ਵਾਹਿਗੁਰੂ ਦੇ ਦੀਦਾਰਿਆਂ ਦੀ। ਸੋ ਮਨ ਧਨ ਪਿਆਸ ਦਰਸ਼ਨ ਘਣੀ ਘਣੀ ਬਹੁਤੀ ਮਨ ਦੇ ਵਿੱਚ ਅਤੇ ਤਨ ਦੇ ਵਿੱਚ ਪਿਆਸ ਖਿੱਚ ਪੈਦਾ ਹੋ ਰਹੀ ਵਾਹਿਗੁਰੂ ਦੇ ਦੀਦਾਰਿਆਂ ਦੀ, ਕੋਈ ਆਉਣ ਮਿਲਾਵੈ ਮਾਏ, ਕੋਈ ਆਉਣ ਲਿਆ ਕੇ ਮਾਏ ਸਾਡੇ ਤਾਈਂ ਮੇਰੇ ਤਾਈਂ ਮਿਲਾ ਦੇਵੇ, ਕੋਈ ਰੱਬ ਦਾ ਪਿਆਰਾ ਆਪ ਮਿਲਿਆ ਹੋਇਆ ਪੂਰਨ ਵਿਚੋਲਾ ਜਿਹੜਾ ਵਿਚੋਲੇ ਤੋਂ ਬਿਨਾਂ ਮਿਲਾਪ ਨਹੀਂ ਹੁੰਦਾ, ਪ੍ਰਤੱਖ ਸੰਸਾਰ ਦੇ ਵਿੱਚ ਵੀ ਪਤੀ ਦਾ ਮਿਲਾਪ ਪਤੀ ਦੀ ਪ੍ਰਾਪਤੀ ਸੋ ਲੜਕੀ ਨੂੰ ਸੋ ਵਿਚੋਲੇ ਰਾਹੀਂ ਹੁੰਦੀ ਹੈ। ਭਾਈ ਗੁਰਦਾਸ ਸਾਹਿਬ ਜੀ ਕਥਨ ਕਰਦੇ ਨੇ ਹੋਏ ਵਿਚੋਲਾ ਆਣ ਮਿਲਾਵੈ, ਕੋਈ ਲਿਆ ਕੇ ਸਾਨੂੰ ਮਿਲਾ ਦੇਵੇ, ਕੋਈ ਦੱਸ ਪਾ ਦੇਵੇ ਸਾਡੇ ਮਨ ਵਿੱਚ ਤੜਫ ਹੈ। ਸੋ ਜਿੱਥੇ ਵੀ ਸੁਣੀਏ ਵਾਹਿਗੁਰੂ ਪਰਮੇਸ਼ਰ ਨੂੰ ਅਸੀਂ ਉੱਥੇ ਹੀ ਜਾਣ ਨੂੰ ਤਿਆਰ ਹਾਂ। ਸੰਤ ਸਹਾਈ ਪ੍ਰੇਮ ਕੇ ਹਉ ਤਿੰਨ ਕੈ ਲਾਗਾ ਪਾਏ, ਸੋ ਨਾਲ ਆਪ ਸੱਚੇ ਪਾਤਸ਼ਾਹ ਜੀ ਸਭ ਤੋਂ ਪਹਿਲਾਂ ਪ੍ਰੇਮ ਕਾਰਨ ਹੈ, ਪ੍ਰੇਮ ਕਾਰਨ ਬਣ ਜਾਵੇ ਤਾਂ ਫਿਰ ਮਿਲਾਪ ਦਾ ਕਾਰਜ ਜਿਹੜਾ ਬਣ ਜਾਂਦਾ ਹੈ, ਕਾਰਨ ਤੋਂ ਕਾਰਜ ਬਣਦਾ ਹੈ। ਉਹ ਪ੍ਰੇਮ ਲਾਉਣ ਦੇ ਜਿਨ੍ਹਾਂ ਦੇ ਅੰਦਰ ਪਹਿਲਾਂ ਲੱਗਾ ਹੁੰਦਾ, ਜਿਨ੍ਹਾਂ ਨੇ ਪ੍ਰੈਕਟੀਕਲ ਕੀਤਾ ਹੁੰਦਾ, ਉਹ ਰੱਬ ਦੇ ਪਿਆਰੇ ਸੰਤ ਮਹਾਤਮਾ ਹੁੰਦੇ ਨੇ। ਔਰ ਜਿਨ੍ਹਾਂ ਨੂੰ ਕਿਹਾ ਸੰਤ ਸ਼ਬਦ ਬਹੁਤ ਛੋਟਾ ਹੈ, ਦੋ ਅੱਖਰ ਹੈ ਪਰ ਕਮਾਈ ਬਹੁਤ ਕਰਨੀ ਪੈਂਦੀ ਹੈ ਕਮਾਈ, ਕਿਸੇ ਲਿਬਾਸ ਭੇਖ ਦਾ ਨਾਮ ਸੰਤ ਨਹੀਂ ਹੈ, ਸੰਤ ਕਰਨੀ ਦਾ ਨਾਮ ਹੈ, ਕਰਨੀ ਦਾ ਕਰੜੀ ਕਮਾਈ ਕਰਨੀ ਦਾ। ਸੋ ਸੰਤ ਦੀ ਪਰਿਭਾਸ਼ਾ ਸੱਚੇ ਪਾਤਸ਼ਾਹ ਨੇ ਆਪ ਜੀ ਨੇ ਦਿੱਤੀ ਹੈ। ਸਿੱਖਾਂ ਨੇ ਪੁੱਛਿਆ ਸੀ ਜੀ ਹਰ ਕੋਈ ਸੰਤ ਖਵਾਉਂਦਾ, ਹਰ ਕੋਈ ਆਪਣੇ ਆਪ ਨੂੰ ਕਹਿੰਦਾ ਮੈਂ ਬੜਾ ਧੰਨ ਹੈ, ਲੋਕ ਐਵੇਂ ਧੰਨ ਧੰਨ ਕਹੀ ਜਾਂਦੇ ਨੇ, ਹਰ ਕੋਈ ਆਪਣੇ ਨਾਮ ਦੇ ਨਾਲ ਲੈਵਲ ਲਾਉਂਦਾ ਵੀ ਮੈਂ ਪੂਰਨ ਹੈ। ਆਪ ਜੀ ਸੱਚੇ ਪਾਤਸ਼ਾਹ ਜੀ ਯਥਾਰਥ ਬਖਤੇ ਹੋ, ਕਿਰਪਾ ਕਰਕੇ ਸਾਨੂੰ ਦੱਸੋ। ਗੁਰਸਿੱਖਾਂ ਨੇ ਆਪ ਜੀ ਨੂੰ ਬੇਨਤੀ ਕੀਤੀ ਸੀ ਪੰਚਮ ਪਾਤਸ਼ਾਹ ਨੂੰ ਕਿ ਸੰਤ ਕੌਣ ਹੁੰਦਾ, ਧੰਨਤਾ ਯੋਗ ਕੌਣ ਹੈ, ਕਿਹਨੂੰ ਕਹੀਏ ਧੰਨ, ਪੂਰਨ ਕਿਹਨੂੰ ਕਹੀਏ। ਤਾਂ ਉਸ ਵੇਲੇ ਆਪ ਜੀ ਨੇ ਦੋ ਤੁਕਾਂ ਦੇ ਵਿੱਚ ਤਿੰਨਾਂ ਸਵਾਲਾਂ ਦਾ ਜਵਾਬ ਦਿੱਤਾ ਸੀ, ਕਿਹਾ ਸੀ ਸੁਣੋ ਗੁਰਸਿੱਖੋ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧੰਨ ਸੇ। ਧੰਨਤਾ ਦੇ ਯੋਗ ਵੀ ਉਹੀ ਹਨ, ਸੇਈ ਨਾਨਕਾ ਪੂਰਨ,
ਉਹੀ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਪੂਰਨ ਹਨ ਸੋਈ ਸੰਤ, ਸੰਤ ਵੀ ਉਹੀ ਹਨ। ਇਉਂ ਚਾਲ ਵਾਸਤੇ ਜਦੋਂ ਪਾਠ ਕਰੀਦਾ ਭਾਵੇਂ ਇਉਂ ਹੀ ਕਰੀਦਾ ਕਿ ਧੰਨ ਸੇ ਸੇ ਈ ਨਾਨਕਾ ਪੂਰਨ ਸੋਈ ਸੰਤ। ਅਰਥਾਂ ਵੇਲੇ ਜਥੇਬੰਦੀ ਦੇ ਵਿੱਚ ਉਸਤਾਦ ਮਹਾਂਪੁਰਸ਼ ਪੜ੍ਹਾਉਂਦੇ ਨੇ ਕਿ ਅਰਥ ਕਰਨ ਵੇਲੇ, ਕਥਾ ਕਰਨ ਵੇਲੇ ਇਉਂ ਕਰਨਾ ਕਿ ਧੰਨ ਸੇ, ਧੰਨਤਾ ਯੋਗ ਵੀ ਸੇ ਉਹੀ ਹਨ, ਸੋਈ ਨਾਨਕਾ ਪੂਰਨ, ਸੋ ਉਹੀ ਪੂਰਨ ਹਨ ਅਤੇ ਸੋਈ ਸੇਈ ਨਾਨਕਾ ਪੂਰਨ ਸੋਈ ਸੰਤ। ਤਿੰਨਾਂ ਸ਼ਬਦਾਂ ਦਾ ਇੱਕ ਇੱਕ ਅਰਥ ਹੈ, ਸੇ ਸੇਈ ਅਤੇ ਸੋਈ ਦਾ। ਸੋ ਇਉਂ ਅੱਖਰੀ ਅਰਥ ਪੂਰੇ ਸਾਫ ਹੋ ਜਾਂਦੇ ਨੇ, ਪੂਰਨ ਵੀ ਉਹੀ ਹਨ। ਐਸੇ ਭਜਨਾਨੰਦੀ ਮਹਾਂਪੁਰਖ ਹਰ ਵੇਲੇ ਨਾਮ ਰੰਗ ਵਿੱਚ ਰੱਤੇ ਹੋਏ, ਮਨ ਤੇ ਤਨ ਸੰਤ ਸਹਾਈ ਪ੍ਰੇਮ ਕੀ, ਉਹ ਮਹਾਂਪੁਰਖ ਸਹਾਈ ਸਹਾਇਤਾ ਕਰਦੇ ਨੇ, ਸਹਾਈ ਹੁੰਦੇ ਨੇ ਪ੍ਰੇਮ ਲਾਉਣ ਦੇ ਵਿੱਚ, ਟੁੱਟੀਆਂ ਹੋਈਆਂ ਰੂਹਾਂ ਨੂੰ ਪ੍ਰੇਰ ਕੇ ਕੁਝ ਆਪਣੀ ਭਗਤੀ ਦੇ ਕੋਲੋਂ ਮਿਹਰ ਕਰਕੇ ਦਿਆਲੂ ਹੋ ਕੇ ਕਾਰਜ ਸਵਾਰ ਕੇ ਅਤੇ ਪਰਪੱਕ ਕਰ ਦਿੰਦੇ ਨੇ, ਗੁਰੂ ਕੇ ਚਰਨਾਂ ਵਿੱਚ ਲਿਆ ਕੇ ਸਿੱਖੀ ਦਾ ਦਾਨ ਦੇ ਦਿੰਦੇ ਨੇ, ਪ੍ਰੇਮ ਲਾਉਣ ਦੇ ਸਹਾਈ ਹੁੰਦੇ ਨੇ। ਹਉ ਤਿੰਨ ਕਹਿ ਲਾਗਾ ਪਾਏ, ਅਸੀਂ ਉਹਨਾਂ ਦੇ ਚਰਨਾਂ 'ਤੇ ਲੱਗਦੇ ਹਾਂ, ਰੱਬ ਦੇ ਪਿਆਰਿਆਂ ਦੇ ਚਰਨਾਂ 'ਤੇ। ਸੋ ਸਾਧ ਤੇਰੇ ਕੀ ਚਰਣੀ ਪਾਓ, ਨਾਨਕ ਕਹਿ ਮਨ ਇਹੋ ਅਨੁਰਾਓ। ਪਾਵਨ ਸੁਖਮਨੀ ਸਾਹਿਬ ਵਿੱਚ ਵੀ ਆਪ ਜੀ ਇਹੋ ਬੇਨਤੀ ਕਰਦੇ ਨੇ ਕਿ ਮੇਰੇ ਮਨ ਵਿੱਚ ਇਹੋ ਅਨੁਰਾਓ ਪ੍ਰੇਮ ਹੈ, ਤੇਰੇ ਰੱਬ ਦੇ ਪਿਆਰਿਆਂ ਦੇ ਚਰਨਾਂ ਦੇ ਵਿੱਚ ਪੈਂਦਾ ਰਵਾਂ, ਨਿਆਉਂਦਾ ਰਵਾਂ, ਉਹਨਾਂ ਦੀ ਧੂੜੀ ਮਿਲ ਜਾਵੇ। ਵਿਣ ਪ੍ਰਭ ਕਿਉਂ ਸੁਖ ਪਾਈਐ, ਦੂਜੀ ਨਾ ਹੀ ਜਾਏ। ਬਿਨਾਂ ਉਸ ਪ੍ਰਭੂ ਅਕਾਲ ਪੁਰਖ ਦੇ ਮਿਲਾਪ ਤੋਂ ਮਾਲਕ ਦੇ ਕਿਉਂ ਸੁੱਖ ਪਾਈਐ, ਕਿਵੇਂ ਸੁੱਖ ਪਾ ਸਕਦੇ ਹੈ, ਸੁਖੀ ਨਹੀਂ ਹੋ ਸਕਦਾ। ਬਿਨਾਂ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਸਰੂਪ ਭੁੱਲਿਆ ਹੋਇਆ, ਉਹਦੇ ਸਰੂਪ ਦੀ ਪ੍ਰਾਪਤੀ ਤੋਂ ਬਿਨਾਂ ਜਿਹੜਾ ਪ੍ਰਾਪਤੀ ਦਾ ਉਹਦਾ ਸੁੱਖ ਹੈ, ਚੁੱਤ ਸੁੱਖ ਵਾਹਿਗੁਰੂ ਪਰਮੇਸ਼ਰ ਤੋਂ, ਸੋ ਉਹਦੀ ਪ੍ਰਾਪਤੀ ਤੋਂ ਬਿਨਾਂ ਉਹ ਸੁੱਖ ਨਹੀਂ ਪਾਇਆ ਜਾਂਦਾ। ਐਸਾ ਉਹ ਸੁੱਖ ਹੈ ਜੋ ਇੱਕ ਵਾਰ ਪ੍ਰਾਪਤ ਹੋ ਜਾਂਦਾ, ਪਤੀ ਦਾ ਸੁੱਖ, ਵਾਹਿਗੁਰੂ ਦਾ ਮਿਲਾਪ ਫਿਰ ਬਿਨਸਦਾ ਨਹੀਂ ਹੈ। ਦੂਜੀ ਨਾ ਹੀ ਜਾਏ, ਦੂਜੀ ਕੋਈ ਜਗ੍ਹਾ ਜਾਏ ਨਹੀਂ ਜਿੱਥੋਂ ਪ੍ਰੇਮ ਲੱਗ ਜਾਵੇ। ਸਾਧ ਸੰਗਤ ਦੇ ਵਿੱਚੋਂ ਹੀ ਪ੍ਰੇਮ ਲੱਗਦਾ ਹੈ, ਗੁਰੂ ਕੀ ਸੰਗਤ ਵਿੱਚੋਂ ਹੀ ਪ੍ਰੇਮ ਪੈਦਾ ਹੁੰਦਾ ਹੈ, ਸੋ ਭਗਤੀ ਦੀ ਦਾਤ ਪ੍ਰਾਪਤ ਹੁੰਦੀ ਹੈ। ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆ ਗਾਏ, ਜਿਨ੍ਹਾਂ ਨੇ ਗੁਰੂ ਕੀ ਸੰਗਤ ਕਰਕੇ ਅਤੇ ਰੱਬ ਦੇ ਪਿਆਰਿਆਂ ਰਾਹੀਂ ਸੱਚਾ ਪ੍ਰੇਮ, ਸੱਚੀ ਪ੍ਰੀਤ ਆਪਣੀ ਵਾਹਿਗੁਰੂ ਦੇ ਨਾਮ ਨਾਲ ਜੋੜ ਲਈ, ਜਿੰਨੀ ਚਾਖਿਆ ਪ੍ਰੇਮ ਰਸ, ਜਿਨ੍ਹਾਂ ਨੇ ਇਸ ਪ੍ਰੇਮ ਰਸ ਨੂੰ ਚਾਖਿਆ, ਛਕ ਲਿਆ, ਖਾ ਲਿਆ, ਸੇ ਤ੍ਰਿਪਤ ਰਹੇ ਆ ਗਾਏ। ਇਹ ਐਸਾ ਨਾਮ ਦਾ ਪ੍ਰੇਮ ਰਸ ਹੈ, ਫਿਰ ਉਹ ਸਾਧ ਸੰਗਤ ਜੀ ਤ੍ਰਿਪਤ ਰਹੇ ਆ ਗਾਏ। ਸੋ ਤ੍ਰਿਪਤ ਦਾ ਅਰਥ ਵੀ ਰੱਜਣਾ ਹੁੰਦਾ, ਆਗਾਏ ਦਾ ਅਰਥ ਵੀ ਰੱਜਣਾ ਹੁੰਦਾ। ਤ੍ਰਿਪਤ ਤੋਂ ਭਾਵਿਆ ਉਹ ਮਨ ਦੀ ਭੁੱਖ ਜਿਹੜੀ ਸਭ ਮਿਟ ਜਾਂਦੀ ਹੈ, ਮਨ ਦੀ ਜਿਹੜੀ ਤ੍ਰਿਸ਼ਨਾ ਹੈ, ਮਨ ਦੇ ਫੁਰਨੇ ਵੀ ਜਿਹੜੇ ਉਹ ਅਭਾਵ ਹੋ ਜਾਂਦੇ ਨੇ, ਉਹਨਾਂ ਦੇ ਮਨ ਦੇ ਵਿੱਚੋਂ ਵਿਕਾਰਾਂ ਆਦਿਕ ਦੇ ਫੁਰਨੇ, ਲੋਭ ਲਾਲਚ ਵਾਲਾ ਸੁਭਾਅ, ਮੰਦ ਵਾਸ਼ਨਾ ਸਭ ਮਿਟ ਜਾਂਦੀ ਹੈ, ਰੱਜ ਜਾਂਦਾ, ਟਿਕ ਜਾਂਦਾ, ਅਤੇ ਤਨ ਜਿਹੜੀਆਂ ਇੰਦਰੀਆਂ ਨੇ ਇਹਨਾਂ ਦੇ ਵੀ ਰਸ ਖਤਮ ਹੋ ਜਾਂਦੇ ਨੇ, ਇਹ ਵੀ ਵਸੀਕਾਰ ਹੋ ਜਾਂਦੀਆਂ ਨੇ, ਮਨ ਬਾਣੀ ਸਰੀਰ ਕਰਕੇ ਰੱਜ ਜਾਂਦੇ ਨੇ, ਮਨ ਕਰਕੇ ਵੀ ਤਨ ਕਰਕੇ ਵੀ ਨਿਹਾਲ ਹੋ ਜਾਂਦੇ ਨੇ ਰੱਬ ਦੇ ਪਿਆਰੇ, ਸਭ ਭੁੱਖਾਂ ਜਿਹੜੀਆਂ ਭਾਵ ਹੋ ਜਾਂਦੀਆਂ ਨੇ। ਆਪ ਤਿਆਗ ਬੇਨਤੀ ਕਰਹਿ ਲੇਹੋ ਪ੍ਰਭੂ ਲੜ ਲਾਏ। ਫਿਰ ਉਹ ਕਿਹੋ ਜਿਹੇ ਹੁੰਦੇ ਨੇ ਜਿਨ੍ਹਾਂ 'ਤੇ ਬਖਸ਼ਿਸ਼ ਹੋ ਜਾਂਦੀ ਹੈ, ਗੁਰੂ ਕੀ ਸਾਧ ਸੰਗਤ ਰਾਹੀਂ ਆਪਣਾ ਆਪ ਤਿਆਗ ਕੇ ਛੱਡ ਕੇ ਬੇਨਤੀਆਂ ਕਰਦੇ ਰਹਿੰਦੇ ਨੇ ਕਿ ਲੇਹੋ ਪ੍ਰਭੂ ਲੜ ਲਾਏ, ਹੇ ਸੱਚੇ ਪਾਤਸ਼ਾਹ ਮਾਲਕ ਅਕਾਲ ਪੁਰਖ, ਆਪਣੇ ਨਾਮ ਰੂਪੀ ਪੱਲੇ ਨਾਲ ਸਾਨੂੰ ਸੋ ਲਾਈ ਰੱਖੋ, ਜੋੜੀ ਰੱਖੋ ਚਿੱਤ ਨੂੰ,
ਕਦੇ ਵੀ ਨਾਮ ਰੂਪੀ ਪੱਲਾ ਛਡਾਇਓ ਨਾ ਸੱਚੇ ਪਾਤਸ਼ਾਹ, ਆਪਣੇ ਨਾਮ ਰੂਪੀ ਪੱਲੇ ਨਾਲ ਲਾਈ ਰੱਖਿਓ। ਇਹੋ ਹੀ ਅਰਦਾਸਾਂ ਕਰਦੇ ਨੇ, ਕੋਈ ਆਪਣੇ ਆਪ ਨੂੰ ਵੱਡੇ ਨਹੀਂ ਅਖਵਾਉਂਦੇ। ਗੁਰੂ ਕਿਆਂ ਦੇ ਚਰਨਾਂ ਵਿੱਚ ਮੈਂ ਨਾਹੀਂ, ਕਿਛ ਹੋ ਨਹੀਂ, ਕਿਛ ਆਹੇ ਨਾ ਮੋਰਾ। ਅਵਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ। ਇਉਂ ਅਰਦਾਸਾਂ ਕਰਦੇ ਨੇ ਕਿ ਨਾਮ ਦਾ ਰਾਸ ਇਹ ਬਖਸ਼ਦੇ ਰਹੋ ਸੱਚੇ ਪਾਤਸ਼ਾਹ, ਇਹ ਕਦੇ ਵੀ ਟੁੱਟੇ ਨਾ। ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤ ਹੈ ਨਾ ਜਾਏ। ਜਿਹੜੀਆਂ ਰੂਹਾਂ ਗੁਰਮੁਖ ਰੂਪ ਸਖੀਆਂ, ਮਹਾਤਮਾ ਰੂਪ ਸਖੀਆਂ, ਮਹਾਰਾਜ ਜੀ ਕਹਿੰਦੇ ਵਾਹਿਗੁਰੂ ਨੇ ਹਰੀ ਕੰਤ ਨੇ ਆਪਣੇ ਨਾਲ ਮਿਲਾ ਲਈਆਂ ਨਾ, ਭੇਦ ਕਰ ਲਈਆਂ, ਜਿਨ੍ਹਾਂ ਦੇ ਹਿਰਦੇ ਅੰਦਰ ਬ੍ਰਹਮ ਗਿਆਨ ਉਦੇ ਹੋ ਆਉਂਦਾ ਹੈ, ਗੁਰੂ ਕੀ ਬਖਸ਼ਿਸ਼ ਨਾਲ ਸਾਧ ਸੰਗਤ ਦੇ ਬਲ ਬੂਤੇ। ਸੋ ਸੇ ਵਿਛੜ ਕਤ ਹੈ ਨਾ ਜਾਏ, ਉਹ ਫਿਰ ਵਿਛੜ ਕੇ ਕਿਤੇ ਨਹੀਂ ਜਾਂਦੀਆਂ। ਅਖੀਰ 'ਤੇ ਵੀ ਜਦੋਂ ਪ੍ਰਾਣ ਸਵਾਸਾਂ ਦੇ ਪੂਰੇ ਹੋਣ ਦਾ ਸਮਾਂ ਆਉਂਦਾ, ਉਦੋਂ ਵੀ ਆਰੀਆ ਸਮਾਜੀ ਜਿਹੜੇ ਨੇ ਇਹ ਕਹਿੰਦੇ ਆ ਵੀ ਸੋ ਰੂਹਾਂ ਕਈ ਸਾਲਾਂ ਬਾਅਦ, 3.5 ਕਰੋੜ ਸਾਲ ਬਾਅਦ ਵੱਖਰੀ ਹੋ ਜਾਂਦੀ ਹੈ, ਪਰ ਗੁਰਮਤ ਨਹੀਂ, ਐਸਾ ਨਹੀਂ ਕੋਈ ਹੁੰਦਾ। ਬ੍ਰਹਮ ਗਿਆਨ ਜਿਹਨੂੰ ਇੱਕ ਵਾਰ ਪ੍ਰਾਪਤੀ ਹੋ ਜਾਂਦੀ ਹੈ ਉਹਦੇ ਸਾਧ ਸੰਗਤ ਜੀ, ਉਹਦੇ ਪ੍ਰਾਣ ਜਿਹੜੇ ਆ ਕਿਸੇ ਦੇਸ਼ ਨੂੰ ਕਿਸੇ ਪੁਰੀ ਵਿੱਚ ਨਹੀਂ ਜਾਂਦੇ, ਉਹਦੇ ਤੱਤਾਂ ਵਿੱਚ ਤਾਤੀ ਮਿਲ ਜਾਂਦੇ ਨੇ। ਜੋਤ ਜਿਹੜੀ, ਜੋਤ ਦੇ ਨਾਲ ਇੱਕ ਰਸ ਪਰਮ ਤੱਤ ਦੇ ਨਾਲ, ਸੂਖਸ਼ਮ ਜੋਤ ਜਿਹੜੀ ਹੈ, ਸੋ ਜੋਤ ਦੇ ਨਾਲ ਮਿਲ ਜਾਂਦੀ, ਤੱਤ ਤੱਤਾਂ ਵਿੱਚ ਮਿਲ ਜਾਂਦੇ, ਸਰੀਰ ਦੇ ਪਾਣੀ ਦਾ ਪਾਣੀ ਦਾ, ਮਿੱਟੀ ਦਾ ਮਿੱਟੀ ਨਾਲ, ਹਵਾ ਦਾ ਹਵਾ ਦੇ ਵਿੱਚ। ਸੋ ਐਸੀ ਉਹਨਾਂ ਦੇ ਤੱਤਾਂ ਦੇ ਵਿੱਚ ਤੱਤ ਮਿਲ ਜਾਂਦੇ ਆ, ਕਿਤੇ ਰੂਹ ਜਿਹੜੀ ਕਿਸੇ ਦੇਸ਼ ਨੂੰ ਨਹੀਂ ਜਾਂਦੀ। ਪ੍ਰਾਣ ਸੇ ਵਿਛੜ ਕਤਾ ਨਾ ਜਾਏ, ਕਦੇ ਵੀ ਵਿਛੋੜਾ ਨਹੀਂ ਪੈਂਦਾ, ਇੱਕ ਵਾਰ ਜਿਹੜੇ ਮਿਲ ਪੈਂਦੇ ਨੇ। ਗੁਰਮਤ ਇਹੋ ਕਹਿੰਦੀ ਹੈ ਕਿ ਜਿਵੇਂ ਪਾਣੀ ਨਾਲ ਪਾਣੀ ਮਿਲ ਕੇ ਵੱਖਰਾ ਨਹੀਂ ਹੁੰਦਾ, ਉਹ ਰੂਹ ਵੱਖਰੀ ਨਹੀਂ ਹੁੰਦੀ। ਭਗਤ ਕਬੀਰ ਸਾਹਿਬ ਜੀ ਦੇ ਪਾਵਨ ਬਚਨ ਨੇ, ਜੋ ਜਨ ਭਾਉ ਭਗਤ ਕਛ ਜਾਨੈ ਤਾਕੋ ਅਚਰਜ ਕਾਹੋ, ਜਿਉਂ ਜਲ ਜਲ ਮਹਿ ਪੈ ਸੁਨਾ ਨਿਕਸੈ ਤਿਉਂ ਟੁਰ ਮਿਲਿਓ ਜੁਲਾਹੋ। ਗੁਰ ਕਿਰਪਾ ਜਿਹ ਨਰ ਕਉ ਕੀਨੀ ਤੇਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉਂ ਪਾਨੀ ਸੰਗ ਪਾਨੀ, ਹਰ ਹਰ ਜਨ ਦੋਈ ਏਕ ਹੈ ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜੋ ਜਲ ਹੀ ਬਿਖੈ ਸਮਾਹੇ। ਇਉਂ ਇੱਕ ਮਹਿਕੋ ਰੂਹਾਂ ਹੋ ਜਾਂਦੀਆਂ ਨੇ, ਉਹਨਾਂ ਦੇ ਪ੍ਰਾਣ ਕਿਤੇ ਨਹੀਂ ਜਾਂਦੇ, ਤੱਤ ਤੱਤਾਂ ਨਾਲ ਮਿਲ ਜਾਂਦੇ ਹੈ। ਸੋ ਕੋਈ ਫਿਰ ਵੱਖਰਾ ਨਹੀਂ ਕਰ ਸਕਦਾ ਉਹਨਾਂ ਨੂੰ, ਮਿਲੀਆਂ ਹੋਈਆਂ ਰੂਹਾਂ ਨੂੰ ਐਸੀ ਬਖਸ਼ਿਸ਼ ਹੁੰਦੀ ਹੈ। ਮਾਟੀ ਮਾਟੀ ਹੋਈ ਏਕ, ਸੋ ਪ੍ਰਭ ਵਿਣ ਦੂਜਾ ਕੋ ਨਹੀਂ, ਨਾਨਕ ਹਰ ਸਰਣ ਆਏ। ਮਹਾਰਾਜ ਜੀ ਕਹਿੰਦੇ ਐਸੀ ਅਵਸਥਾ ਹੋ ਜਾਂਦੀ ਹੈ, ਪ੍ਰਭੂ ਤੋਂ ਬਿਨਾਂ ਦੂਜਾ ਕੋਈ ਨਜ਼ਰ ਨਹੀਂ ਆਉਂਦਾ। ਸਾਰੇ ਥਾਵਾਂ 'ਤੇ ਵਾਹਿਗੁਰੂ ਦੀ ਜੋਤ ਨਜ਼ਰ ਆਉਂਦੀ ਹੈ, ਹਰ ਵੇਲੇ ਹਰੀ ਵਾਹਿਗੁਰੂ ਦੀ ਸਰਨ ਵਿੱਚ ਆਏ ਰਹਿੰਦੇ ਨੇ, ਮਿਲੇ ਰਹਿੰਦੇ ਹਨ। ਅਸੋ ਸੁਖੀ ਵਸੰਦੀ ਆ ਜਿਨ੍ਹਾਂ ਮਾਇਆ ਹਰ ਰਾਏ। ਅਸਲ ਵਿੱਚ ਉਹ ਹੀ ਜੀਵ ਰੂਪ ਗੁਰਮੁਖ ਰੂਪ ਸਖੀਆਂ ਸੁਹਾਗਣੀਆਂ, ਜਿਨ੍ਹਾਂ ਦੇ ਬਾਰੇ ਪਾਵਨ ਬਚਨ ਹੈ, ਗੁਰਮੁਖ ਮਿਲ ਸੁਹਾਗਣੀ ਰੰਗ ਹੋਏ ਘਨੇਰਾ ਰਾਮ। ਉਹ ਗੁਰਮੁਖ ਰੂਪ ਸਖੀਆਂ ਬਹੁਤਾ ਨਾਮ ਦਾ ਲਾਹਾ ਲੈ ਕੇ ਸੋਹਣੇ ਸੁਹਾਵਣੇ ਮੌਸਮ ਵਿੱਚ, ਇਸ ਠੰਡੀ ਰੁੱਤ ਵਿੱਚ, ਜਦੋਂ ਭਾਦਰੋਂ ਦੇ ਮਹੀਨੇ ਦੀ ਤਪਸ਼ ਲੰਘ ਚੁੱਕੀ ਹੁੰਦੀ ਹੈ, ਅਸੂ ਸੁਖੀ ਵਸੰਦੀ ਆ, ਅਸੂ ਦੇ ਮਹੀਨੇ ਵਿੱਚ ਉਹ ਜੀਵ ਮਹਾਤਮਾ ਰੂਪ ਸਖੀਆਂ ਗੁਰਮੁਖ ਸਖੀਆਂ ਸੁਖੀ ਸੁੱਖ ਦੇ ਵਿੱਚ ਵੱਸਦੀਆਂ ਨੇ। ਚਿੱਤ ਦੀ ਇਕਾਗਰਤਾ ਦੇ ਸਹਿਤ ਨਾਮ ਦੇ ਰਸ ਵਿੱਚ ਉਹਨੂੰ ਮਾਣ ਕੇ ਰਹਿੰਦੀਆਂ ਨੇ। ਜਿਨ੍ਹਾਂ ਮਾਇਆ ਹਰ ਰਾਏ, ਜਿਨ੍ਹਾਂ 'ਤੇ ਮਾਇਆ ਵਾਹਿਗੁਰੂ ਦੀ ਬਖਸ਼ਿਸ਼, ਹਰੀ ਰਾਜਾ ਸਰੂਪ ਵਾਹਿਗੁਰੂ ਦੀ ਹੋ ਜਾਂਦੀ ਹੈ, ਪਤੀ ਪਾਤਸ਼ਾਹ ਦੀ ਮਾਲਕ ਦੀ ਹੋ ਜਾਂਦੀ ਹੈ, ਜਿਨ੍ਹਾਂ ਦਿੰਦੇ ਹਰ ਰਾਏ ਰਾਏ ਦਾ ਅਰਥ ਪ੍ਰਗਾਸ਼ ਪ੍ਰਗਾਸ਼ ਹੋ ਜਾਂਦਾ ਹੈ, ਗਿਆਨ ਦਾ ਮਿਲਾਪ ਹੋ ਜਾਂਦਾ ਹੈ। ਸੋ ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ, ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮਾਫ਼ੀ ਬਖਸ਼ਣੀ। ਸਤਿਗੁਰੂ ਰਹਿਮਤ ਕਰਨ ਅਸੂ ਦਾ ਸਾਰਾ ਮਹੀਨਾ ਆਪਣਾ ਸੰਗਤਾਂ ਦਾ ਗੁਰੂ ਕੇ ਸਨਮੁਖ ਬਤੀਤ ਹੋਵੇ, ਗੁਰੂ ਕੇ ਚਰਨ ਕਮਲਾਂ ਦੀ ਪ੍ਰੀਤ ਚਿੱਤ ਦੇ ਅੰਦਰ ਬਣ ਜਾਵੇ। ਦਰੋਂ ਕਰੋਂ ਗੁਰਸਿੱਖੀ ਸਿੱਧਕ ਭਰੋਸਾ ਨਾਮਦਾਨ,
ਚਰਨ ਕਮਲਾਂ ਦੀ ਪ੍ਰੀਤ ਸਤਿਗੁਰੂ ਆਪਾਂ ਨੂੰ ਬਖਸ਼ ਦੇਣ। ਸੋ ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮਰੱਥ ਬਖਸ਼ਣੀ ਜੀ। ਅਸੋ ਸੁਖੀ ਵਸੰਦੀਆ ਜਿਨ੍ਹਾਂ ਮਾਇਆ ਹਰ ਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।